ਸ੍ਰੀ ਗੁਰਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦਾ ਆਗਾਜ਼ ਕਰ ਲੈਣੇ ਆ ਹੈਡਲਾਈਨਸ ਦੇ ਨਾਲ 1 ਜੂਨ ਤੋਂ ਬੀਸੀ ਦੀ ਮਿਨੀਮਮ ਵੇਜ ਦੇ ਵਿੱਚ ਹੋਵੇਗਾ ਵਾਦਾ 15.65 ਪ੍ਰਤੀ ਘੰਟਾ ਡਾਲਰ ਦੇ ਹਿਸਾਬ ਨਾਲ ਮਿਲੇਗਾ ਚੈੱਕ ਬੀਸੀ ਚਕਾਟ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਰੱਖਣ ਦੀ ਛੋਟ 2.5 ਗ੍ਰਾਮ ਨਸ਼ਾ ਫੜੇ ਜਾਣਾ ਨਹੀਂ ਹੋਵੇਗਾ ਅਪਰਾਧ ਕੋਵਿਡ-19 ਨੂੰ ਪਾ ਇੱਕ ਮਹੀਨੇ ਦੇ ਲਈ ਸਰਹੱਦ ਤੇ ਰਹਿਣਗੇ ਜਾਰੀ ਜ਼ਮੀਨੀ ਸਰਹੱਦ ਤੇ 에어ਪੋਰਟਾਂ ਤੇ ਵੈਕਸੀਨ ਆਦੇਸ਼ ਅਜੇ ਵੀ ਤਣਾਤ ਅਗੇ ਦੱਸਦੀ ਹੈ ਕਿ ਬੀਸੀ ਦੇ ਵਿੱਚ ਮਿਨੀਮਮ ਵੇਜ ਦੇ ਵਿੱਚ ਜਿਹੜਾ 1 ਜੂਨ ਤੋਂ ਜਿਹੜਾ ਵਾਅਦਾ ਹੋਣ ਜਾ ਰਿਹਾ ਜੀ ਹਾਂ 15.65 ਡਾਲਰ ਦੇ ਹਿਸਾਬ ਮੇ ਨਾਲੇ ਵਾਅਦਾ ਹੋਣ ਜਾ ਰਿਹਾ ਹੈ ਇਸ ਦਾ ਐਲਾਨ ਹਾਲਾਂਕਿ ਸਰਕਾਰ ਦੇ ਵੱਲੋਂ ਸੂਬਾ ਸਰਕਾਰ ਦੇ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਉਸੇ ਸ਼ਰਤ ਦੇ ਆਧਾਰ ਦੇ ਉੱਤੇ ਹੀ ਜਿਹੜੀ ਹੈ ਮਿਨੀਮਮ ਵੇਜ ਵਧਾਉਣ ਦਾ ਐਲਾਨ ਕੀਤਾ ਗਿਆ ਹੈ ਪਹਿਲਾਂ ਜਿਹੜੀ ਮਿਨੀਮਮ ਵੇਜ ਸੀ ਉਸ ਤੋਂ ਵਾਧਾ ਕਰਨ ਦਾ ਜਿਹੜਾ ਸਰਕਾਰ ਨੇ ਆਪਣੀ ਵਚਨਬੱਧਤਾ ਜਿਹੜੀ ਆ ਪੂਰੀ ਕੀਤੀ ਹੈ ਦੱਸ ਦੇ ਕਿ ਮਹਿੰਗਾਈ ਦਰ ਜਿਹੜੀ 2.8 ਫੀਸਦੀ ਤੇ ਹੈ ਉਸ ਨੂੰ ਦੇਖਦੇ ਹੋਏ ਹੀ ਇਹ ਵਾਅਦਾ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਜਿਹੜਾ ਇਸ ਵੇਲੇ ਆਰਥਿਕਤਾ ਦਾ ਖਤਰਾ ਉਹਨਾਂ ਦੇ ਸਿਰ ਮੰਡਰਾ ਰਿਹਾ ਉਸ ਤੋਂ ਥੋੜੀ-ਬਹੁਤ ਨਿਜ਼ਾਤ ਮਿਲ ਸਕੇ ਆਉ ਦੇਖਦੇ ਆਂ ਕਿੱਥੇ ਕਿੰਨੀ ਹੋਈ ਮਿਨੀਮਮ ਵੇਜ 1 ਜੂਨ 2022 ਤੋਂ BC ਦੇ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਨੂੰ ਤਨਖਾਹ ਵਿੱਚ ਵਾਧਾ ਮਿਲੇਗਾ ਜੀ ਹਾਂ ਮਿਨੀਮਮ ਵੇਜ ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ ਜਿਹੜਾ ਉਹ ਡਾਲਰ 15.22 ਤੋਂ ਵੱਧ ਕੇ ਡਾਲਰ 15.65 ਹੋ ਜਾਵੇਗੀ ਜੋ ਕਿ ਸਾਰੇ ਸੂਬਿਆਂ ਵਿੱਚ ਸਭ ਤੋਂ ਵਾਦਾ ਇਹ ਵਾਦਾ ਸਰਕਾਰ ਦੁਆਰਾ 2018 ਦੇ ਵਿੱਚ ਕਾਮਿਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਹਾਇਕ ਦੇਣ ਦੇ ਲਈ ਕੀਤੀ ਗਈ ਵਚਨਬੱਧਤਾ ਦਾ ਹਿੱਸਾ ਹੈ 5 ਸਾਲਾਂ ਦੇ ਮਾਪੇ ਜਿਹੜੇ ਨੇ ਉਹ ਗਏ ਤੇ ਕਿਆਸਣ ਯੋਗ ਵਾਦਿਆਂ ਨੇ ਬ੍ਰਿਟਿਸ਼ ਕੋਲੰਬੀਆ ਦੇ 4 ਲੱਖ ਤੱਕ ਲੋਕਾਂ ਨੂੰ ਲਾਭ ਪਹੁੰਚਾਇਆ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਪ੍ਰਵਾਸੀ ਜਾਂ ਨੌਜਵਾਨ ਨੇ ਇੱਕ ਵਾਜਬ ਮਿਨਿਮਮ ਵੇਜ ਹੋਣਾ ਬਧੇਰੇ ਲੋਕਾਂ ਨੂੰ ਜਿਹੜੀ ਹੈ ਨਿਰਤੰਤਾ ਵਿੱਚੋਂ ਬਾਹਰ ਕੱਢਣ ਤੇ ਜੀਵਨ ਨੂੰ ਬਧੇਰੇ ਕਫਾਇਤੀ ਬਣਾਉਣ ਤੇ ਬੀਸੀ ਵਾਸਤੇ ਇੱਕ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਕਰਨ ਦੇ ਵਿੱਚ ਮਦਦ ਕਰਨ ਲਈ ਇੱਕ ਅਹਿਮ ਕਦਮ ਹੈ ਕਿਰਤ ਮੰਤਰੀ ਹੈਰੀ ਬੈਂਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਅਸੀਂ ਸਾਰੇ ਕੰਮਿਆਂ ਖਾਸ ਕਰਕੇ ਉਹਨਾਂ ਘੱਟ ਆਮਦਨ ਵਾਲੇ ਕੰਮਿਆਂ ਲਈ ਉੱਚੀ ਤਨਖਾਹਾਂ ਦੀ ਹਮਾਇਤ ਕਰਨਾ ਜਾਰੀ ਰੱਖਾਂਗੇ ਜੋ ਮਹਾਮਾਰੀ ਦੌਰਾਨ ਸਾਡੀ ਸਿਹਤ ਤੇ ਤੰਦਰੁਸਤੀ ਦੇ ਲਈ ਬਹੁਤ ਹੀ ਅਹਿਮ ਰਹੇ ਨੇ ਮਿਨੀਮਮ ਵੇਜ ਦੇ ਵਿੱਚ ਡਾਲਰ 15.65 ਪ੍ਰਤੀ ਘੰਟੇ ਦਾ ਵਾਦਾ ਬ੍ਰਿਟਿਸ਼ ਕੋਲੰਬੀਆ ਦੀ ਉਸਤਨ ਸਾਲਾਨਾ ਮਹਿੰਗਾਈ ਦੀ ਦਰ ਦੇ ਆਧਾਰ ਤੇ ਹੈ ਜੋ 1 ਜਨਵਰੀ ਤੋਂ 31 ਦਸੰਬਰ 2021 ਤੱਕ 2.8 ਫੀਸਦੀ ਗਿਣੀ ਗਈ ਸੀ ਇਹ ਹੋਰ ਖੇਤਰਾਂ ਦੇ ਵਿੱਚ ਅਪਣਾਈ ਗਈ ਪਹੁੰਚ ਦੇ ਅਨੁਕੂਲ ਹੈ 1 ਜੂਨ ਤੋਂ ਸ਼ੁਰੂ ਹੋ ਕੇ ਲਿਵ ਇਨ ਕੈਂਪ ਲੀਡਰ ਤੇ ਲਿਵ ਇਨ ਹੋਮ ਸਪੋਰਟ ਵਰਕਰ ਦੀ ਰੋਜ਼ਾਨਾ ਮਿਨੀਮਮ ਵੇਜ ਤੇ ਰੈਜ਼ੀਡੈਂਟ ਕੇਅਰ ਟੇਕਰ ਦੀ ਮਾਸਿਕ ਮਿਨੀਮਮ ਵੇਜ ਤੇ 2.8 ਫੀਸਦੀ ਦਾ ਵਾਅਦਾ ਵੀ ਲਾਗੂ ਹੋਵੇਗਾ ਮਿਨੀਮਮ ਵੇਜ ਦੇ ਵਿੱਚ ਹਰੇਕ ਵਾਅਦੇ ਨੇ ਥੋੜਾ ਜਿਹੜਾ ਉਹ ਦਬਾਅ ਘਟਾ ਦਿੰਦਾ ਹੈ ਤੇ ਉਹ ਸਾਰਿਆਂ ਨੇ ਕਿਹਾ ਹੈ ਕਿ ਆਸਾਨੀ ਹੈ ਹੁਣ ਇਸ ਨਾਲ ਸਾਹ ਲੈਣ ਦੇ ਵਿੱਚ ਮਦਦ ਮਿਲੇਗੀ ਇਸ ਸੰਬੰਧੀ ਬਰਨਬੀ ਦੇ ਬਰਾਇਨ ਕੈਮਫੀਲਡ ਸੈਂਟਰ ਦੇ ਵਿੱਚ ਲੰਬੇ ਸਮੇਂ ਤੋਂ ਜੈਨੇਟਰ ਰਹੇ ਕੁਝ ਲੋਕਾਂ ਨੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਮਹਿੰਗਾਈ ਨੂੰ ਦੇਖਦਿਆਂ ਅਸੀਂ ਸਾਰੇ ਆਪਣੇ ਖਰਚ ਕਰਨ ਦੇ ਤਰੀਕੇ ਦੇ ਵਿੱਚ ਤਬਦੀਲੀ ਕਰਦੇ ਆ ਰਹੇ ਹਾਂ ਪਰ ਕੁਝ ਅਜਿਹੇ ਖਰਚੇ ਵੀ ਨੇ ਜਿਨ੍ਹਾਂ ਨੂੰ ਅਸੀਂ ਬਦਲ ਨਹੀਂ ਸਕਦੇ ਇਸ ਵਾਧੇ ਨਾਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਸੱਚਮੁੱਚ ਫਰਕ ਪੈਂਦਾ ਹੈ ਤੇ ਸਾਨੂੰ ਅਜਿਹਾ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਪਿੱਛੇ ਰਹਿ ਰਹੇ ਹਾਂ ਦੱਸਦੇ ਕਿ ਬੀਸੀ ਦੇ ਕਈ ਏਰੀਏ ਜਿਹੜੇ ਨੇ ਉਥੇ ਮਿਨੀਮਮ ਵਿੱਚ ਸੰਬੰਧਿਤ ਪਹਿਲਾਂ ਕਈ ਤਰ੍ਹਾਂ ਦੇ ਐਲਾਨ ਹੋਏ ਨੇ ਪਰ ਇਹ ਸਭ ਤੋਂ ਵੱਡਾ ਵਾਅਦਾ ਮੰਨਿਆ ਜਾ ਰਿਹਾ ਹੈ ਨਿਊਜ਼ ਸਟਾਰ ਚੈਨਲ ਪੰਜਾਬੀ ਦੀ ਰਿਪੋਰਟ bc ਪਹਿਲਾ ਅਜੇਹਾ ਸੂਬਾ ਹੋਵੇਗਾ ਜਿੱਥੇ ਨਸ਼ਾ ਜਿਹੜਾ ਯਾਨੀ ਨਸ਼ੀਲੇ ਪਦਾਰਥ ਰੱਖਣ ਦੀ ਛੋਟ ਹੋਵੇਗੀ 2.5 ਗ੍ਰਾਮ ਤੱਕ ਦਾ ਜਿਹੜਾ ਨਸ਼ਾ ਹੈ ਉਹ ਆਪਣੇ ਕੋਲ ਰੱਖਿਆ ਜਾ ਸਕਦਾ ਹੈ ਉਹ ਅਪਰਾਧ ਨਹੀਂ ਮੰਨਿਆ ਜਾਏਗਾ ਇਹ ਛੋਟ ਦੇਣਾ ਕਿੰਨਾ ਕੁ ਜਿਹੜਾ ਇਸ ਦਾ ਅਸਰ ਲੋਕਾਂ ਤੇ ਪਏਗਾ ਕਿਉਂ ਇਹ ਛੋੜ ਦਿੱਤੀ ਗਈ ਹੈ ਕਿਵੇਂ ਕਿਵੇਂ ਇਹ ਸਾਰੀ ਜਿਹੜੀ ਪ੍ਰਕਿਰਿਆ ਉਹਨੇ ਪਰੇ ਚਾੜੀ ਜਾਏਗੀ ਆਉ ਸਮਝਦਿਆਂ ਸਾਡੇ ਸੀਨੀਅਰ ਪੱਤਰਕਾਰ ਜਸਕਰਨ ਸੋਹੋਾਤਾ ਤੋਂ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਖਾਸ ਖਬਰ ਹੈ ਇਸ ਵੇਲੇ ਬ੍ਰੇਕਿੰਗ ਨਿਊਜ਼ ਅੱਜ ਦੀ ਬ੍ਰੇਕਿੰਗ ਨਿਊਜ਼ ਇਹ ਆ ਕਿ ਬ੍ਰਿਟਿਸ਼ ਕੋਲੰਬੀਆ ਨਾਰਥ ਅਮਰੀਕਾ ਦੇ ਵਿੱਚ ਇੱਕ ਪਹਿਲੀ ਜੂਰਿਸਡਿਕਸ਼ਨ ਇਹੋ ਜੀ ਬਣ ਗਈ ਆ ਜਿਹਦੇ ਵਿੱਚ ਕਾਨੂੰਨੀ ਤੌਰ ਤੇ ਨਸ਼ਾ ਆਪਣੇ ਕੋਲ ਰੱਖਿਆ ਜਾ ਸਕਦਾ ਤੇ ਤੁਹਾਨੂੰ ਪੁਲਿਸ ਜਾਂ ਕੋਈ ਵੀ ਪ੍ਰਸ਼ਾਸਨ ਨਹੀਂ ਫੜੂਗਾ ਡਰੱਗ ਡੀਕ੍ਰਿਮੀਨਲਾਈਜੇਸ਼ਨ ਦਾ ਮੁੱਦਾ ਬਹੁਤ ਪੁਰਾਣਾ ਆ ਡਰੱਗ ਨੂੰ ਹਟਾਉਣ ਦੇ ਲਈ ਕਈ ਤਰੀਕੇ ਵਰਤੇ ਜਾਂਦੇ ਆ ਤੇ ਇਹਨਾਂ ਦੇ ਵਿੱਚੋਂ ਇੱਕ ਡਰੱਗ ਡੀਕ੍ਰਿਮੀਨਲਾਈਜੇਸ਼ਨ ਆ ਜਿਹਦਾ ਮਤਲਬ ਇਹ ਆ ਕਿ ਜੇ ਕੋਈ ਖਾਣ ਪੀਣ ਦੇ ਲਈ ਆਪਣੇ ਕੋਲ ਨਸ਼ਾ ਰੱਖਦਾ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਸਗੋਂ ਉਹਨੂੰ ਇਹ ਰੱਖਣ ਦੀ ਆਗਿਆ ਦੇ ਦਿੱਤੀ ਜਾਵੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਇੱਕ ਬਹੁਤ ਵੱਡਾ ਮੁੱਦਾ ਆ 5-7 ਮੌਤਾਂ ਰੋਜ਼ ਇੱਥੇ ਡਰੱਗ ਓਵਰਡੋਜ਼ ਦੇ ਨਾਲ ਹੋ ਰਹੀਆਂ 14 ਅਪ੍ਰੈਲ 2016 ਤੋਂ ਲੈ ਕੇ ਇੱਥੇ ਹੈਲਥ ਐਮਰਜੈਂਸੀ ਲੱਗੀ ਆ ਇੱਕ ਪੰਡੈਮਿਕ ਹੁਣ ਜਿਹੜੀ ਪੂਰੀ ਹੋ ਰਹੀ ਆ ਇਹ ਕੋਵਿਡ ਦੀ ਸੀਗੀ ਪਰ ਇਹਦੇ ਤੋਂ ਵੀ ਵੱਡੀ ਮਹਾਮਾਰੀ ਵੱਡੀ ਪੰਡੈਮਿਕ ਜਿਹੜੀ 2016 ਤੋਂ ਲੈ ਕੇ ਹੈਲਥ ਐਮਰਜੈਂਸੀ ਡਿਕਲੇਅਰ ਕੀਤੀ ਆ ਉਹ ਡਰੱਗ ਓਵਰਡੋਜ਼ ਦੀ ਜਿਹੜੀ ਐਮਰਜੈਂਸੀ ਆ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਅੱਜ ਅਸੀਂ 31 ਮਈ ਨੂੰ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਇਹਦੇ ਤਹਿਤ ਜਿਹੜੀ ਸੂਚਨਾ ਪਹੁੰਚ ਰਹੀ ਆ ਕਿ ਕੋਈ ਵੀ ਅਡਲਟ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 18 ਸਾਲ ਤੋਂ ਉੱਪਰ ਆ ਉਹ ਆਪਣੀ ਖਾਣ ਪੀਣ ਲਈ ਪਰਸਨਲ ਪੋゼਸ਼ਨ ਦੇ ਲਈ 2.5 ਗ੍ਰਾਮ 2.5 ਗ੍ਰਾਮ ਓਪੀਓਇਡ ਕੋਕੇਨ ਮੈਥਫੈਂਟਾਮਾਈਨ ਜਿਹੜੀ ਕਿ ਬਹੁਤ ਹੀ ਖਤਰਨਾਕ ਡਰੱਗ ਮੰਨੀ ਜਾਂਦੀ ਆ ਤੇ ਐਮ ਡੀ ਐਮ ਏ ਇਹ ਨਸ਼ੇ ਆਪਣੇ ਕੋਲ ਆਪਣੇ ਕਰਨ ਦੇ ਲਈ ਰੱਖ ਸਕਦਾ ਉਹਦੇ ਉੱਤੇ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰੂਗੀ 2.5 ਗ੍ਰਾਮਸ ਆਫ ਕੋਕੈਨ ოਪੀਔਰਸ ਮੈਥਾਫੈਂਟਾਮਾਈਨ ਤੇ ਐਮਡੀਐਮਏ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਕੰਟਰੋਵਰਸੀ ਵਾਲੀ ਖਬਰ ਵੀ ਆ ਬਹੁਤ ਸਾਰੇ ਲੋਕ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਸਰਕਾਰਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹਨੂੰ ਡੀਕ੍ਰਿਮੀਨਲਾਈਜ਼ ਕਰਨਾ ਇਹਨੂੰ ਲੀਗਲ ਕਰ ਦੇਣਾ ਇੱਕ ਤਰੀਕੇ ਨਾਲ ਭਾਵੇਂ ਕਿ ਇਹ ਲੀਗਲ ਨਹੀਂ ਆ ਇਨੂੰ ਕੁਝ ਸਮੇਂ ਦੇ ਲਈ ਉਹਨਾਂ ਨੇ ਕੀਤਾ ਇਹ ਜਿਹੜਾ ਐਗਜ਼ੈਂਪਸ਼ਨ ਆ ਯੂਨੀਵਰਸਲ ਦੇ ਵਿੱਚ ਐਗਜ਼ੈਂਪਸ਼ਨ ਕਿਹਾ ਜਾ ਰਿਹਾ ਹੈ ਹੈਲਥ ਕੈਨੇਡਾ ਬ੍ਰਿਟਿਸ਼ ਕੋਲੰਬੀਆ ਨੂੰ ਇਹ ਐਗਜ਼ੈਂਪਸ਼ਨ ਦੇ ਰਹੀ ਹੈ ਕਿ ਇੱਥੇ ਇਸ ਤਰ੍ਹਾਂ ਕਰ ਲਿਆ ਜਾਵੇ ਔਰ ਇਹ ਐਗਜ਼ੈਂਪਸ਼ਨ ਲਾਗੂ ਹੋਣੀ ਆ 31 ਜਨਵਰੀ 2023 ਤੋਂ ਯਾਨੀ ਅਗਲੇ ਸਾਲ ਤੋਂ ਤੇ ਇਹ 3 ਸਾਲ ਇਦਾਂ ਹੀ ਰਹੂਗੀ ਪਾਵੇ 3 ਸਾਲ ਤੱਕ ਇਹ ਨਿਯਮ ਇਸੇ ਤਰ੍ਹਾਂ ਲਾਗੀ ਰਹੂਗਾ 31 ਜਨਵਰੀ 2023 ਤੋਂ ਲੈ ਕੇ 31 ਜਨਵਰੀ 2026 ਤੱਕ ਹੈਲਥ ਕੈਨੇਡਾ ਇਹ ਐਗਜ਼ੈਂਪਸ਼ਨ ਇੱਥੇ ਦੇਊਗੀ ਕੇ 2.5 ਗ੍ਰਾਮ ਜਾਂ ਇਹਦੇ ਤੋਂ ਘੱਟ ਡਰੱਗ ਜੇ ਕੋਈ ਵਿਅਕਤੀ ਆਪਣੇ ਕੋਲ ਰੱਖਦਾ ਜਿਹਦੇ ਵਿੱਚ ਮੈਥਫੈਂਟਾਮਾਈਨ ਵੀ ਹੈ ਜਿਹਦੇ ਵਿੱਚ ਕੋਕੀਨ ਵੀ ਹੈ ਜਿਹਦੇ ਵਿੱਚ ਓਪੀਓਇਡਸ ਵੀ ਹੈ ਤਾਂ ਉਹਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਊਗੀ ਲਗਾਤਾਰ ਇਹਦੇ ਉੱਤੇ ਸਵਾਲ ਉੱਠ ਰਹੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਗੱਲਬਾਤ ਨੂੰ ਅਡਰੈਸ ਕੀਤਾ ਜਾਣਾ ਚਾਹੀਦਾ ਕਿ ਕੈਨੇਡਾ ਦੇ ਵਿੱਚ ਜਿਹੜਾ ਇਹ ਸੰਕਟ ਆ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਡਰੱਗ ਓਵਰਡੋਸ ਨਾਲ ਮਰਨ ਵਾਲਾ ਸੰਕਟ ਆ ਇਹ ਖਤਮ ਨਹੀਂ ਹੋ ਰਿਹਾ ਇਹਦੇ ਲਈ ਬ੍ਰਿਟਿਸ਼ ਕੋਲੰਬੀਆ ਨੇ ਅਪਲਾਈ ਕੀਤਾ ਸੀ ਪ੍ਰੋਵਿੰਸ ਨੇ ਆਪਣੀ ਐਪਲੀਕੇਸ਼ਨ ਦਿੱਤੀ ਸੀ ਜਿਹਦੇ ਤਹਿਤ ਉਹਨਾਂ ਨੇ 4.5 ਗ੍ਰਾਮ ਦੀ ਮੰਗ ਕੀਤੀ ਸੀ ਕਿ 4.5 ਗ੍ਰਾਮ ਤੱਕ ਜਿਹੜਾ ਕੋਈ ਵੀ ਡਰੱਗ ਕਿਸੇ ਕੋਲੋਂ ਮਿਲਦੀ ਆ ਤਾਂ ਉਹਨੂੰ ਛੋਟ ਦੇ ਦਿੱਤੀ ਜਾਵੇ ਪਰ 2.5 ਗ੍ਰਾਮ ਡਰੱਗ ਜੇ ਕੋਈ ਵਿਅਕਤੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 31 ਜਨਵਰੀ 2023 ਤੋਂ ਲੈ ਕੇ 31 ਜਨਵਰੀ 2026 ਤੱਕ ਆਪਣੇ ਕੋਲ ਰੱਖਦਾ ਆ ਭਾਵੇਂ ਖਾਂਦਾ ਪੀਂਦਾ ਆ ਉਹਦੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਊਗੀ ਮਾਮਲਾ ਇੱਕੋ ਹੀ ਆ ਕਿ ਡਰੱਗ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾ ਸਕੇ 2016 ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹ ਮੌਤਾਂ ਇਸ ਤਰੀਕੇ ਨਾਲ ਹੋ ਰਹੀਆਂ ਜਿਹੜੀਆਂ ਰੁਕ ਨਹੀਂ ਰਹੀਆਂ ਤੇ ਇੱਕ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਲੋਕ ਘੱਟੋ ਘੱਟ ਜੇ ਆਪਣੇ ਕੋਲ ਡਰਗ ਰੱਖਦੇ ਆ ਉਹ ਸੇਫ ਸਾਈਟਸ ਦੇ ਉਤੇ ਡਰਗ ਲੈ ਸਕਣ ਇਹ ਕਿੰਨਾ ਕੁ ਫੈਸਲਾ ਡੀਕਿਮਰੇਲਾਈਜ਼ ਕਰਨ ਦਾ ਸਹੀ ਹੈ ਜਾਂ ਗਲਤ ਇਹਦੇ ਬਾਰੇ ਮਾਹਰ ਤੇ ਸਮਾਂ ਦੱਸੇਗਾ ਪਰ ਇਸ ਵੇਲੇ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਸਭ ਤੋਂ ਵੱਧ ਚਰਚਾ ਦੇ ਵਿੱਚ ਆ ਪੂਰੇ ਨਾਰਥ ਅਮਰੀਕਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਇੱਕ ਇਹੋ ਜਿਹੀ ਜੂਰਿਸਡਿਕਸ਼ਨ ਜਿੱਥੇ ਇਹ ਡਰਗਸ ਜਿਹੜੀਆਂ ਡੀਕਿਮਰੇਲਾਈਜ਼ ਕਰ ਦਿੱਤੀਆਂ ਗਈਆਂ ਯਾਤਰੀਆਂ ਦੇ ਲਈ ਕੋਵਿਡ-19 ਦੇ ਜਿਹੜੇ ਉਪਾਅ ਨੇ ਉਹ ਫਿਲਹਾਲ 1 ਮਹੀਨਾ ਹੋਰ ਅੱਗੇ ਜਾਰੀ ਰਹਿਣਗੇ ਜਿहां ਹੁਣ ਕੋਈ ਵੀ ਯਾਤਰਾ ਜੇ ਕਿ ਯਾਤਰੀ ਜੜੀ ਆ ਉਹ ਕੈਨੇਡਾ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਲਈ ਹਜੇ ਵੀ ਸ਼ਰਤਾਂ ਨਿਭਾਉਣੀਆਂ ਲਾਜ਼ਮੀ ਹੋਣਗੀਆਂ ਕੋਵਿਡ ਉਪਾਰ ਜਿਹੜੇ ਨੇ ਨਿਯਮ ਲਾਗੂ ਹੋਣਗੇ ਉਹ ਸਿਟੀਜ਼ਨ ਹੈ ਜਾਂ ਫਿਰ ਉਹ ਯਾਤਰੀ ਕਿਹੜੇ ਸਟੇਟਸ ਦੇ ਉੱਤੇ ਹੈ ਇਸ ਚੀਜ਼ ਦੇ ਉੱਤੇ ਜ਼ਰੂਰ ਰੱਖਿਆ ਜਾਏਗਾ ਖਿਆਲ ਕਿ ਕਿਹੜੇ-ਕਿਹੜੇ ਨਿਯਮ ਕਿਸ ਦੇ ਲਈ ਨੇ ਪਰ ਸਾਰਿਆਂ ਨੂੰ ਅਰਾਈਵ ਕੈਨ ਐਪ ਦੇ ਰਾਹੀਂ ਆਪਣੀ ਟੀਕਾ ਕਰਨ ਦੀ ਜਿਹੜੀ ਹੈ ਸ਼ਰਤ ਉਹ ਪੂਰੀ ਕਰਨੀ ਲਾਜ਼ਮੀ ਹੋਏਗੀ ਉਸ ਦੇ ਵਿੱਚ ਸਾਰੀ ਡਿਟੇਲ ਹਜੇ ਵੀ ਪੜਨੀ ਹੋਏਗੀ ਇਹਦੇ ਵਿੱਚ ਜਿਹੜੇ ਯਾਤਰੀ 에ਰਪੋਰਟ ਜ਼ਰੀਏ ਆ ਰਹੇ ਨੇ ਉਹਨਾਂ ਲਈ ਵੀ ਨਿਯਮ ਇਸੇ ਤਰ੍ਹਾਂ ਰਹਿਣਗੇ ਤੇ ਲੈਂਡ ਜ਼ਰੀਏ ਜਿਹੜੇ ਯਾਤਰੀ ਉਹਨਾਂ ਲਈ ਵੀ ਨਿਯਮ ਇਸੇ ਤਰ੍ਹਾਂ ਲਾਗੂ ਰਹਿਣਗੇ ਦੱਸਦੇ ਕਿ ਸੰਸਦ ਦੇ ਵਿੱਚ ਵੀ ਇਹ ਮੁੱਦਾ ਉੱਠ ਰਿਹਾ ਸੀ ਤੇ ਕੰਜ਼ਰਵੇਟਿਵ ਨੇ ਵੀ ਕਿਹਾ ਸੀ ਕਿ ਪਾਬੰਦੀਆਂ ਦੇ ਵਿੱਚ ਕਿਤੇ ਨਾ ਕਿਤੇ ਹੋਰ ਛੂਟ ਮਿਲਣੀ ਚਾਹੀਦੀ ਹੈ ਬਾਕੀ ਸੂਬਿਆਂ ਦੇ ਆਧਾਰ ਦੇ ਉੱਤੇ ਜਦਕਿ ਇਸ ਨੂੰ ਨਕਾਰ ਦਿੱਤਾ ਗਿਆ ਤੇ ਇਹ ਪਾਬੰਦੀਆਂ ਹਜੇ ਵੀ ਜਿਉਂਦੀਆਂ ਤਿਉਂ ਲਾਗੂ ਰਹਿਣ ਗਈਆਂ ਫੈਡਰਲ ਕੋਵਿਡ-19 ਬਾਰਡਰ ਪਾਬੰਦੀਆਂ ਨੂੰ ਹੋਰ 1 ਮਹੀਨੇ ਲਈ ਵਧਾ ਦਿੱਤਾ ਗਿਆ ਹੈ ਹੈਲਥ ਕੈਨੇਡਾ ਤੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਸਰਹੱਦ ਤੇ ਸੰਗੀ ਕੋਵਿਡ-19 ਪਾਬੰਦੀਆਂ ਨੂੰ ਘਟੋ-ਘੱਟ ਤੀ ਜੂਨ ਤੱਕ ਵਿਧਾਇਆ ਜਾ ਰਿਹਾ ਹੈ। ਫੈਡਰਲ ਸਰਕਾਰ ਵਿਦੇਸ਼ੀ ਸੈਲਾਨੀਆਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਹੋਣ ਦਾ ਸਬੂਤ ਪ੍ਰਦਾਨ ਕਰਨ ਦੀ ਮੰਗ ਕਰਦੀ ਰਹੇਗੀ। ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਨਾਗਰਿਕਤਾ ਦੀ ਪਰਵਾਹ ਕੀਤੇ ਬਿਨਾਂ ਦਾਖਲੇ ਤੋਂ ਪਹਿਲਾਂ ਅਰਾਈਵ ਕੈਨ ਐਪ ਰਾਹੀਂ ਆਪਣੀ ਸਿਹਤ ਜਾਣਕਾਰੀ ਜਮ੍ਹਾਂ ਕਰਾਉਣਾ ਜਿਹੜਾ ਉਹ ਲਾਜ਼ਮੀ ਹਜੇ ਵੀ ਹੈ। ਐਲਾਨ ਇੱਕ ਦਿਨ ਬਾਅਦ ਆਇਆ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਪ੍ਰਸਤਾਵ ਨੂੰ ਫੈਡਰਲ ਸਰਕਾਰ ਨੂੰ ਸਾਰੀਆਂ ਬਾਕੀ ਰਹਿੰਦੀਆਂ ਕੋਵਿਡ-19 ਯਾਤਰਾ ਪਾਬੰਦੀਆਂ ਨੂੰ ਹਟਾਉਣ ਲਈ ਬੁਲਾਇਆ ਗਿਆ ਸੀ ਹਾਊਸ ਆਫ ਕਾਮਨਸ ਦੇ ਵਿੱਚ ਉਹ ਹਾਰਗੇ ਕੈਲੀਡੀਅਨ 에어ਪੋਰਟਸ ਕਾਉਂਸਲ ਨੇ ਦੇਸ਼ਪਰ ਦੇ ਵਿੱਚ ਕਸਟਮਸ ਦੇ ਵਿੱਚ ਭਾਰੀ ਦੇਰੀ ਨੂੰ ਮਹਾਮਾਰੀ ਦੇ ਉਪਾਵਾਂ ਤੇ ਨਾ ਕਾਫੀ ਲਈ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਕਾਰਨ ਲੰਬੇ ਸਮੇਂ ਤੱਕ ਜਿਹੜੀ ਹੈ ਉਹ ਲਾਈਨ ਅਪ ਹੋ ਗਿਆ ਤੇ ਕੁਝ ਮਾਮਲਿਆਂ ਵਿੱਚ ਹਵਾਈ ਅੱਡੇ ਉਹਨਾਂ ਨੂੰ ਸਰੀਰਕ ਤੌਰ ਤੇ ਸ਼ਾਮਿਲ ਨਹੀਂ ਕਰ ਸਕਦੇ ਨੇ ਟਰਾਂਸਪੋਰਟ ਮੰਤਰੀ ਉਮਰ ਅਲ ਗਾਬਰਾ ਨੇ ਇਸ਼ਾਰਾ ਦਿੱਤਾ ਹੈ ਕਿ ਯੂਰਪ ਦੇ ਕੁਝ ਹਵਾਈ ਯਾਤਰੀਆਂ ਤੇ ਵੀ ਘਾਟ ਯਾਤਰਾ ਪਾਬੰਦੀਆਂ ਹੋਣ ਦੇ ਬਾਵਜੂਦ ਵੀ ਸਮਾਨ ਦੇਰੀ ਦੇਖੀ ਗਈ ਹੈ ਉਹਨਾਂ ਕਿਹਾ ਕਿ ਸੰਗੀ ਸਰਕਾਰ ਮਹਾਰਾਂ ਤੇ ਹੋਰ ਅਧਿਕਾਰ ਖੇਤਰਾਂ ਨਾਲ ਸਲਾਹ ਰਈਏ ਕਿ ਸਰਹੱਦ ਤੇ ਉਪਾ ਕਦੋਂ ਚੁੱਕੇ ਜਾਣੇ ਚਾਹੀਦੇ ਨੇ ਚਰਚਾ جاری ਹੈ ਕਿ ਸਪਸ਼ਟ ਤੌਰ ਤੇ ਸਹੀ ਸੰਤੁਲਨ ਬਣਾਉਣ ਦੇ ਲਈ ਇੱਕ ਚਰਚਾ ਹੈ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਜਨਤਕ ਸਿਹਤ ਤੇ ਆਪਣੀ ਨਜ਼ਰ ਬਣਾਈ ਰੱਖੀਏ ਪਰ ਸਾਡੀ ਆਰਥਿਕਤਾ ਦੀ ਲਹਿਰ ਨੂੰ ਵੀ ਨਾ ਬਣਾਈ ਰੱਖੀਏ ਨਿਊਜ਼ ਟੈਸਟੋ ਚੈਨਲ ਪੰਜਾਬੀ ਰਿਪੋਰਟ ਜਿਵੇਂ ਜਿਵੇਂ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਹੈਂਡਗਨਸ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਹਥਿਆਰਾਂ ਨੂੰ ਲੈ ਕੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੇ ਉਹਨਾਂ ਦਾ ਗਲਤ ਇਸਤੇਮਾਲ ਕੀਤਾ ਹੈ ਇਸ ਲਈ ਹੁਣ ਫੈਡਰਲ ਲਿਬਰਲ ਸਰਕਾਰ ਨੇ ਇਸ ਗੱਲ ਤੇ ਤਵੱਜੂ ਦਿੱਤੀ ਹੈ ਇੱਕ ਬਿੱਲ ਜਿਹੜਾ ਉਹ ਪੇਸ਼ ਕੀਤਾ ਜਿਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਹੈਂਡਗਨਸ ਦੇ ਉੱਤੇ ਜਿਹੜਾ ਉਹ ਕੰਟਰੋਲ ਕੀਤਾ ਜਾਵੇ ਹੈਂਡਗਨਸ ਕਿਹਨੂੰ ਦੇਣੀਆਂ ਕਿਹਨੂੰ ਨਹੀਂ ਲਾਇਸੈਂਸ ਕਿਹਨੂੰ ਦੇਣਾ ਹੈ ਉਸ ਦੇ ਉੱਤੇ ਖਾਸ ਤੌਰ ਤੇ ਧਿਆਨ ਦਿੱਤਾ ਜਾਏਗਾ ਜਿਹੜੇ ਲੋਕ ਪਹਿਲਾਂ ਹੀ ਕਿਸੇ ਅਪਰਾਧਿਕ ਮਸਲਿਆਂ ਦੇ ਵਿੱਚ ਉਲਝੇ ਹੋਏ ਨੇ ਜਾਂ ਫਿਰ ਉਹਨਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਜਾਂ ਫਿਰ ਕਰੇ ਲੋ ਹਿੰਸਾ ਦਾ ਉਹ ਸ਼ਿਕਾਰ ਨੇ ਉਹਨਾਂ ਲੋਕਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਧਿਆਨ ਦਿੱਤਾ ਜਾਏਗਾ ਲਾਇਸੈਂਸ ਦੇਣ ਤੋਂ ਪਹਿਲਾਂ ਹੋ ਸਕਦਾ ਹੈ ਕਿ ਇਸ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੀ ਹਿਸਟਰੀ ਚੈੱਕ ਕਰਕੇ ਉਹਨਾਂ ਤੋਂ ਲਾਇਸੈਂਸ ਵਾਪਸ ਲਏ ਜਾ ਸਕਦੇ ਨੇ ਜਿਵੇਂ-ਜਿਵੇਂ ਹਥਿਆਰਾਂ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਕਾਨੂੰਨ ਸਖਤ ਕਰਨ ਦੀ ਮੰਗ ਉੱਠ ਰਹੀ ਹੈ। ਫੈਡਰਲ ਸਰਕਾਰ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਸੀ ਕੈਨੇਡੀਅਨ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਇਸ ਗੱਲ ਤੇ ਧਿਆਨ ਦਿੱਤਾ ਜਾ ਰਿਹਾ ਸੀ ਕਿ ਇਹ ਮਾਮਲੇ ਰੁਕਨੇ ਚਾਹੀਦੇ ਨੇ। ਫੈਡਰਲ ਲਿਬਰਲ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਹਥਿਆਰਾਂ ਨੂੰ ਨਿਰੰਤਰ ਕਰਨ ਸੰਬੰਧੀ ਬਿੱਲ ਦੇ ਵਿੱਚ ਮੁੱਖ ਤੌਰ ਤੇ ਹੈਂਡਗਨਸ ਨੂੰ ਇੰਪੋਰਟ ਕਰਨ, ਖਰੀਦਣ ਜਾਂ ਵੇਚਣ ਉੱਤੇ ਕੌਮੀ ਤੌਰ ਦੇ ਉੱਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਬਿੱਲ ਦੇ ਵਿੱਚ ਜਿਹੇ ਲੋਕਾਂ ਤੋਂ ਗਨ ਲਾਇਸੈਂਸ ਵਾਪਸ ਲੈਣ ਦੀ ਖੋਲ ਹਿੰਸਾ ਜਾਂ ਕਿਸੇ ਵੀ ਤਰ੍ਹਾਂ ਦੀਆਂ ਅਪਰਾਧਕ ਘਟਨਾਵਾਂ ਉੱਤੇ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਨ ਜਿਵੇਂ ਕਿ ਸਟਾਕਿੰਗ ਆਦਿ ਵਿੱਚ ਰੁਝੇ ਹੋਣ ਇਸ ਤੋਂ ਇਲਾਵਾ ਸਰਕਾਰ ਮਜਰਮਾਨਾ ਗਤੀਵਿਧੀਆਂ ਦੇ ਵਿੱਚ ਸ਼ਾਮਲ ਲੋਕਾਂ ਲਈ ਜੁਰਮਾਨੇ ਵਧਾ ਕੇ ਹਥਿਆਰਾਂ ਸਬੰਧੀ ਜੁਰਮ ਦੀ ਜਾਂਚ ਲਈ ਵਿਧੇਰੇ ਸੰਦ ਮੁਹੱਈਆ ਕਰਵਾ ਕੇ ਤੇ ਸਰਹੱਦੀ ਮਾਪਦੰਡਾਂ ਨੂੰ ਮਜ਼ਬੂਤ ਕਰਕੇ ਗਨ ਸਮਗਲਿੰਗ ਉੱਤੇ ਨਕੇਲ ਕਸਣਾ ਚਾਹੁੰਦੀ ਹੈ ਇਸ ਤੋਂ ਇਲਾਵਾ ਨਵਾਂ レッドフラッグ ਕਾਨੂੰਨ ਤਿਆਰ ਕੀਤਾ ਜਾਵੇਗਾ ਜਿਹੜਾ ਅਦਾਲਤਾਂ ਨੂੰ ਅਜਿਹੇ ਲੋਕਾਂ ਦੇ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦੇਵੇਗਾ ਜਿਹੜੇ ਲੋਕ ਖੁਦ ਲਈ ਜਾਂ ਹੋਰਨਾਂ ਲਈ ਖਤਰਾ ਹੋ ਸਕਦੇ ਨੇ ਸਰਕਾਰ ਦਾ ਕਹਿਣਾ ਹੈ ਕਿ ਇਸ ਤਹਿਤ ਉਹਨਾਂ ਲੋਕਾਂ ਦੀ ਸੇਫਟੀ ਦੀ ਹਿਫਾਜ਼ਤ ਕੀਤੀ ਜਾਵੇਗੀ ਜਿਹੜੇ ਕਿ ਸਹੀ ਪ੍ਰਕਿਰਿਆ ਰਾਹੀਂ ਅਪਲਾਈ ਕਰਨਗੇ ਇਹਨਾਂ ਵਿੱਚ ਅਕਸਰ ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਸ਼ਾਮਿਲ ਹੋ ਸਕਦੀਆਂ ਨੇ ਅਜਿਹੇ ਲੋਕਾਂ ਦੀ ਪਛਾਣ ਦੀ ਹਿਫਾਜ਼ਤ ਜਿਹੜੀ ਹੈ ਉਹ ਕੀਤੀ ਜਾਏਗੀ ਲਿਬਰਲ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਨੇ ਕਿ ਲੌਂਗ ਗਨ ਮੈਗਜ਼ੀਨਸ ਦੇ ਵਿੱਚ ਹਮੇਸ਼ਾ ਲਈ ਸੋਧ ਕੀਤੀ ਜਾਵੇ ਤਾਂ ਕਿ ਉਹਨਾਂ ਵਿੱਚ 5 ਤੋਂ ਜ਼ਿਆਦਾ ਰੌਂਦ ਨਾ ਪੈ ਸਕਣ ਇਸ ਦੇ ਨਾਲ ਹੀ ਕ੍ਰਿਮੀਨਲ ਕੋਡ ਤਹਿਤ ਵੱਡੀ ਸਮਰੱਥਾ ਵਾਲੇ ਮੈਗਜ਼ੀਨਸ ਦੀ ਵਿਕਰੀ ਤੇ ਟ੍ਰਾਂਸਫਰ ਦੇ ਉੱਤੇ ਵੀ ਪਾਬੰਦੀ ਲਾਈ ਜਾਣ ਦੀ ਤਜ਼ਵੀਜ਼ ਲਿਬਰਲ ਦੇ ਵੱਲੋਂ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਸ ਤਰੀਕੇ ਨਾਲ ਹਥਿਆਰ ਰੱਖਣ ਦੀਆਂ ਘਟਨਾਵਾਂ ਆਵਾਪਰੀਆਂ ਨੇ ਉਹਨਾਂ ਤੇ ਸਖਤੀ ਦੇ ਨਾਲ ਨਕੇਲ ਕਸੀ ਜਾਏ ਤਾਂ ਕਿ ਇਹ ਮਾਮਲੇ ਰੁਕ ਸਕਣ ਖਾਸ ਤੌਰ ਤੇ ਧਿਆਨ ਦਿੱਤਾ ਜਾਏਗਾ ਕਿ ਜਿਹੜੇ ਗੈਰ ਲਾਇਸੈਂਸੇ ਹਥਿਆਰ ਕੈਨੇਡਾ ਦੇ ਵਿੱਚ ਬਾਰਡਰ ਜ਼ਰੀਏ ਆ ਰਹੇ ਨੇ ਉਹਨਾਂ ਸਬੰਧੀ ਵੀ ਕੋਈ ਸਖਤੀ ਲਿਆਂਦੀ ਜਾਵੇ ਜਿਸ ਦਾ ਸੋ ਚੈਨਲ ਪੰਜਾਬੀ ਦੀ ਰਿਪੋਰਟ ਕੀਤਾ ਗਿਆ ਦੇਖਦੇ ਹਾਂ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਭ ਜੇ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਐਡਮੰਟਨ ਸ਼ਹਿਰ ਤੋਂ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਆ ਕਿ ਤੁਹਾਨੂੰ ਪਤਾ ਯੂਸੀਪੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਆ ਉਹਦੀ ਹੁਣ ਦੌੜ ਲੱਗੀ ਹੋਈ ਹੈ ਤੇ ਅੱਜ ਜਿਹੜੇ ਅਲਬਰਟਾ ਦੇ ਫਾਈਨਾਂਸ ਮਿਨਿਸਟਰ ਆ ਉਹ ਵੈਸੇ ਗ੍ਰੈਂਡ ਪ੍ਰੇਰੀ ਵਾਪੀਤੀ ਤੋਂ ਐਮ ਐਲ اے ਨੇ ਟ੍ਰੈਵਸ ਸਟੇਜ ਉਹਨਾਂ ਨੇ ਅੱਜ ਆਫੀਸ਼ੀਅਲੀ ਆਪਣਾ ਨਾਂ ਜਿਹੜਾ ਇਸ ਰੇਸ ਦੇ ਵਿੱਚ ਪਾ ਦਿੱਤਾ ਤੁਹਾਨੂੰ ਯਾਦ ਰਹੇ ਕਿ ਪਹਿਲਾਂ ਵੀ ਜਿਹੜੇ ਵਾਈਲਡ ਰੋਜ਼ ਪਾਰਟੀ ਦੇ ਲੀਡਰ ਰਹਿ ਚੁੱਕੀ ਆ ਡੈਨੀਅਲ ਸਮਿਥ ਉਹਨੇ ਵੀ ਗੱਲ ਕੀਤੀ ਹੋਈ ਆ ਕਿ ਮੈਂ ਰੇਸ ਦੇ ਵਿੱਚ ਆਪਣਾ ਨਾਮ ਪਾਉਣਾ ਹੈ ਔਰ ਨਾਲ ਦੀ ਨਾਲ ਵਾਈਲਡ ਰੋਜ਼ ਪਾਰਟੀ ਦੇ ਲੀਡਰ ਤੇ ਪਹਿਲਾਂ ਆਪੋਜੀਸ਼ਨ ਪਾਰਟੀ ਦੇ ਲੀਡਰ ਰਹਿ ਚੁੱਕੇ ਬ੍ਰਾਇਨ ਜੀਨ ਹਰੀ ਉਹਨਾਂ ਨੇ ਵੀ ਇਹ ਇੱਛਾ ਆਪਣੀ ਜਤਾਈ ਆ ਕਿ ਉਹ ਵੀ ਲੀਡਰ ਬਣਨਾ ਚਾਹੁੰਦੇ ਨੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਜਿਹੜਾ ਵੀ ਲੀਡਰ ਬਣੇਗਾ ਉਸੇ ਹੀ ਵਿਅਕਤੀ ਨੇ ਅਲਬਰਟਾ ਦਾ ਅਗਲਾ ਪ੍ਰੀਮੀਅਰ ਵੀ ਬਣਨਾ ਹੈਗਾ ਜੇਸਨ ਕੈਨੀ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਉਨੀ ਦੇਰ ਤੱਕ ਪ੍ਰੀਮੀਅਰ ਬਣਾ ਰਹਾਂਗਾ ਜਿੰਨੀ ਦੇਰ ਤੱਕ ਉਹਨਾਂ ਦੀ ਪਰਮਨੈਂਟ ਜਿਹੜੀ ਰਿਪਲੇਸਮੈਂਟ ਆ ਨਹੀਂ ਮਿਲ ਜਾਂਦੀ ਸੋ ਇਹ ਜਿਹੜੇ ਹੋਰ ਕਈ ਮਿਨਿਸਟਰ ਦੀ ਅੱਜ ਇੱਕ ਉਹਨਾਂ ਦੀ ਕੈਬਨਟ ਮੀਟਿੰਗ ਹੋ ਰਹੀ ਸੀਗੀ ਜਿਹਦੇ ਵਿੱਚ ਕੁਝ ਮਿਨਿਸਟਰਾਂ ਦੇ ਨਾਂ ਆਉਂਦੇ ਆ ਜਿਨ੍ਹਾਂ ਚੋਂ ਰਾਜਨ ਸਾਨੀ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਦਾ ਵੀ ਨਾਂ ਆਉਂਦਾ ਉਹਨਾਂ ਨੂੰ ਪੁੱਛਿਆ ਗਿਆ ਇਸੇ ਗੱਲਬਾਤ ਬਾਰੇ ਤਾਂ ਉਹ ਕਹਿੰਦੇ ਵੀ ਹਜੇ ਮੈਂ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ ਮੇਰੇ ਪਾਸ ਹਜੇ ਟਾਈਮ ਨਹੀਂ ਹੈ ਜਦੋਂ ਉਹਨਾਂ ਨੇ ਕਿਹਾ ਭਈ ਤੁਸੀਂ ਟਰੈਵਲ ਸਟੇਜ ਹੋਰਾਂ ਬਾਰੇ ਕੀ ਸੋਚਦੇ ਆ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਜਿਹੜੀ ਸਾਡੀ ਪਾਰਟੀ ਆ ਉਹ ਜੋ ਪਿੱਛੇ ਹੁੰਦਾ ਰਿਹਾ ਅਸੀਂ ਉਹੋ ਹੀ ਨਹੀਂ ਚਾਹੁੰਦੇ ਕੁਝ ਬਦਲਮਾਂ ਚਾਹੁੰਨੇ ਆ ਸੋ ਇਹਦਾ ਹੁਣ ਤੁਸੀਂ ਸੰਕੇਤ ਜਿਹੜਾ ਤੁਸੀਂ ਖੁਦ ਦੇਖ ਲਓ ਕਿ ਇਹਦਾ ਕੀ ਮਤਲਬ ਨਿਕਲਦਾ ਔਰ ਦੂਸਰੇ ਪਾਸੇ ਇੱਕ ਮਨਿਸਟਰ ਨੇ ਰਬੈਕਾ ਸ਼ਾਲਸ ਉਹ ਵੀ ਇਛਕ ਹੈ ਨੇ ਜੀ ਉਹਨਾਂ ਦਾ ਵੀ ਨਾਂ ਆ ਰਿਹਾ ਹੈਗਾ ਇਥੋਂ ਤੱਕ ਕਿ ਸਸਕੈਚੂਨ ਦੇ ਪ੍ਰੀਮੀਅਰ ਬ੍ਰੈਡਵਾਲ ਹੋਰ ਨੇ ਅੱਜ ਟਵੀਟ ਕਰਕੇ ਕਿਹਾ ਕਿ ਭਾਈ ਨਾਲੇ ਤਾਂ ਉਹਨਾਂ ਜੇਸਨ ਕੈਨੀ ਹੋਰਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਜਿਹੜੀ ਸੇਵਾ ਕੀਤੀ ਹੈ ਸੂਬੇ ਦੀ ਬਹੁਤ ਵਧੀਆ ਔਰ ਨਾਲ ਦੀ ਨਾਲ ਉਹਨਾਂ ਕਿਹਾ ਭਈ ਰਬੈਕਾ ਸ਼ਾਲਸ ਜਿਹੜੀ ਆ ਉਹਨੂੰ ਤੁਸੀਂ ਇਹ ਨਾ ਕਿ ਕਾਊਂਟ ਆਊਟ ਕਰ ਦਿਓ ਉਹ ਹੋ ਸਕਦਾ ਸ਼ਾਇਦ ਉਹੋ ਹੀ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਲੀਡਰ ਬਣ ਜਾਣ ਰਬੈਕਾ ਸ਼ਾਲਸ ਸੋ ਹੁਣ ਇਹ ਜਿਹੜੇ ਨਾਂ ਆ ਜੀ ਉਹ ਸਾਹਮਣੇ ਆਏ ਆ ਅੱਜ ਜਿਹੜੀ ਮੀਟਿੰਗ ਹੋਣੀ ਸੀਗੀ ਕੈਬਨਟ ਦੀ ਉਹਦੇ ਵਿੱਚ ਟਰੈਵਿਸ ਸਟੇਜ ਹੋਰੀ ਉਸ ਮੀਟਿੰਗ ਤੇ ਨਹੀਂ ਜੀ ਪਹੁੰਚੇ ਸੋ ਬਾਕੀ ਮਿਨਿਸਟਰ ਉਥੇ ਡੈਲੀਬਰੇਸ਼ਨਜ਼ ਚੱਲ ਰਹੀਆਂ ਗੱਲਾਂਬਾਤਾਂ ਉਹਨਾਂ ਦੀਆਂ ਚੱਲ ਰਹੀਆਂ ਸੀਗੀਆਂ ਪਰ ਟ੍ਰੈਵਲ ਸਟੇਜ ਹੋਰੀ ਉਸ ਮੀਟਿੰਗ ਵਿੱਚ ਨਹੀਂ ਆਏ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਕੌਣ ਜਿਹੜਾ ਜੀ ਬਣਦਾ ਹੈਗਾ ਅਲਬਰਟਾ ਦਾ ਪ੍ਰੀਮੀਅਰ ਔਰ ਦੂਸਰਾ ਅੱਜ ਸ਼ਾਮ ਨੂੰ 6 ਵਜੇ ਜਿਹੜੀ ਜੀ ਆਇਲਰਜ਼ ਦੀ ਤੇ ਐਵਲਾਂਚ ਦੀ ਹੋ ਰਹੀ ਹੈ ਗੇਮ ਉਹਦੇ ਲਈ ਸਾਰਾ ਸ਼ਹਿਰ ਜਿੱਦਾਂ ਕਹਿੰਦੇ ਹੁੰਦੇ ਆ ਸਪੋਰਟ ਕਰ ਰਿਹਾ ਹੈਗਾ ਐਡਮੰਟਨ ਆਇਲਰਜ਼ ਦੀ ਔਰ ਆਸ ਕਰਦੇ ਆ ਕਿ ਅੱਜ ਜਿਹੜੀ ਪਹਿਲੀ ਗੇਮ ਹੋਣੀ ਆ ਉਹ ਔਏ ਜਿਹੜੇ ਆ ਆਇਲਰਸ ਆ ਜੀ ਉਹ ਜ਼ਰੂਰ ਜੇਤੂ ਰਹਿਣਗੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਂਡਮੈਂਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁੱਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਜਾਜ਼ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ